हेलो सिक्स क्लास, मैथ्स का चैप्टर फर्स्ट आप कर रहे हैं और एक्सरसाइज 1.2 थर्ड क्वेश्चन आप करना के आप सेकंड क्वेश्चन में किया सी कि नंबर्स अरेंज किए सी असेंडिंग ऑर्डर विच, ते मतलब असेंडिंग का मतलब सी असी किया सी कि पहला सब तो छोटा नंबर उस तो ग्रेटर फिर उस तो ग्रेटर फिर उस तो ग्रेटर इदा इस तरह आप असेंडिंग ऑर्डर दे विच नंबर्स लिखे सी। पर हुण जिहड़ा नैक्सट थर्ड क्वेश्चन है साडा इहदे विच सानूं की किया गया अरेंज द फॉलोइंग नंबर्स इन डिसेंडिंग ऑर्डर। डिसेंडिंग ऑर्डर ऑर्डर की हुंदा कि जदों आपां वड्डे नंबर तो स्टार्ट करीदा फिर असीं उत्तों समॉलर फिर उस तो समॉलर फिर उस तो समॉलर फिर सब उस तो समॉलर इस तरह इस ऑर्डर विच जदों आपां लिखीदा इस ऑर्डर नूं बोलदे आ डिसेंडिंग ऑर्डर। नैक्सट आपां देखदे हां इहदे क्वेश्चन की ने। ए पार्ट दे विच सानूं नंबर दित्ते ने 1, 2, 3 and 4 नंबर दिते ने। सब तो पहला असी की करते हैं रूल की साडा सब तो पहला आप डिजिट्स देखते हैं कि नंबर के डिजिट्स किने ने। 1, 2, 3, 4 and 5 सारे नंबरस 5 डिजिट्स नंबरस ने, मतलब कि सारे इक्वल नहीं होना सी देखना सानू पैना वा कि ਇਹਦੇ ਵਿੱਚ ਨੰਬਰ ਕੰਪੇਅਰ ਕਰਕੇ ਕਿ ਕਿਹੜਾ ਨੰਬਰ ਗ੍ਰੇਟਰ ਕਿਹੜਾ ਸਮਾਲਰ। ਡਿਸੈਂਡਿੰਗ ਵਿੱਚ ਸਭ ਤੋਂ ਪਹਿਲਾਂ ਵੱਡੇ ਨੰਬਰ ਤੋਂ ਸਟਾਰਟ ਕਰੀਦਾ, ਜਿਹੜਾ ਸਭ ਤੋਂ ਵੱਡਾ ਨੰਬਰ ਸਭ ਤੋਂ ਵੱਡਾ ਨੰਬਰ ਕਿਹੜੇ ਵਿੱਚ ਵੇਖ ਸਕਦੇ ਹਾਂ। ਫਸਟ ਨੰਬਰ ਦੇਖੋ 2, 4, 4, 5 ਇਹਨਾਂ ਵਿੱਚੋਂ ਗ੍ਰੇਟਰ ਕਿਹੜਾ ਸਭ ਤੋਂ 5, ਮਤਲਬ ਕਿ 5 ਨੰਬਰ ਵਾਲਾ ਸਭ ਤੋਂ ਪਹਿਲਾਂ ਆਏਗਾ ਇਹ ਗ੍ਰੇਟਰ। ਹੁਣ ਇਹਨੂੰ ਭੁੱਲ ਜਾਓ ਕਿਉਂਕਿ 5 ਵਾਲਾ ਆਪਾਂ ਨੰਬਰ ਲਿਖ ਚੁੱਕੇ ਹਾਂ, ਹੁਣ ਇਹਨੂੰ ਭੁੱਲ ਜਾਓ। ਸਾਡੇ ਕੋਲ ਰਹਿ ਗਏ ਆਹ 3 ਨੰਬਰ ਸਿਰਫ, ਇਹਨਾਂ ਵਿੱਚੋਂ ਫਿਰ 5 ਤੋਂ ਛੋਟਾ ਕਿਹੜਾ ਵਾ, 5 ਤੋਂ ਛੋਟਾ ਕਿਹੜਾ ਹੁੰਦਾ, ਆਹ ਕਿਹੜੇ ਆ 4 ਵਾਲੇ 2 ਨੰਬਰ, ਆਹ ਵੀ 4 ਵਾਲਾ ਨੰਬਰ, ਆਹ ਵੀ 4 ਵਾਲਾ ਨੰਬਰ। ਹੁਣ ਆਪਾਂ ਇਹਦੇ ਵਿੱਚੋਂ ਦੋਵਾਂ 'ਚੋਂ ਕਿਹੜਾ ਲਿਖਣਾ ਵਾ, ਫਿਰ ਕੰਪੇਅਰ ਕਰੋ 4, 4, 5, 5, 6, 6 ਇੱਥੇ ਕੀ ਆ 8, ਇੱਥੇ 7। ਹੁਣ 8 ਗ੍ਰੇਟਰ ਆ ਕਿ 7 ਗ੍ਰੇਟਰ ਆ, ਸਾਨੂੰ ਪਤਾ ਕਿ ਦੋਵਾਂ ਵਿੱਚੋਂ 8 ਗ੍ਰੇਟਰ ਆ, ਮਤਲਬ ਕਿ ਇਹ ਵਾਲਾ ਨੰਬਰ ਇਹਦੇ ਨਾਲੋਂ ਗ੍ਰੇਟਰ ਹੋਏਗਾ। ਆਪਾਂ ਪਹਿਲਾਂ ਇਹਨੂੰ ਇੱਥੇ ਲਿਖਾਂਗੇ, ਉਸ ਤੋਂ ਬਾਅਦ ਫਿਰ ਨੰਬਰ ਕਿਹੜਾ ਗਿਆ 4 ਵਾਲਾ, ਇਹੀ ਨੰਬਰ ਇੱਥੇ ਆਏਗਾ, ਅਤੇ ਲਾਸਟ ਸਾਡੇ ਕੋਲ 2 ਵਾਲਾ ਨੰਬਰ ਸੀ ਇਹ ਵਾਲਾ, ਇਹ ਲਾਸਟ 'ਤੇ ਆ ਗਿਆ ਸਭ ਤੋਂ ਛੋਟਾ ਨੰਬਰ। ਇਸ ਤਰ੍ਹਾਂ ਸਾਡਾ ਡਿਸੈਂਡਿੰਗ ਆਰਡਰ ਬਣ ਗਿਆ ਕਿ ਸਭ ਤੋਂ ਗ੍ਰੇਟਰ, ਉਸ ਤੋਂ ਸਮਾਲਰ ਅਤੇ ਸਭ ਤੋਂ ਸਮਾਲਰ। ਇਹ ਹੋ ਗਿਆ ਸੋਲਵ। ਸੈਕਿੰਡ ਪਾਰਟ ਵੀ ਇਸੇ ਤਰ੍ਹਾਂ ਕਰਨਾ, ਡਿਜਿਟਸ ਕਿੰਨੇ ਸਭ ਤੋਂ ਪਹਿਲਾਂ ਇਹਦੇ ਦੇਖੋ ਕਿ 4 ਡਿਜਿਟਸ ਨੇ 1, 2, 3 and 4, ਇਹਦੇ 5 ਨੇ 1, 2, 3, 4, 5, ਇਹਦੇ 5, 1, 2, 3, 4, 5, ਇਹਦੇ ਕਿੰਨੇ 1, 2, 3, 4 and 5। ਇਹਨਾਂ ਨੰਬਰਸ ਦੇ 5 ਡਿਜਿਟ, ਇਹ ਸਾਰੇ ਨੰਬਰ 5 ਡਿਜਿਟ ਨੰਬਰ ਨੇ, ਪਰ ਇਹ ਵਾਲਾ ਨੰਬਰ ਸਿਰਫ 4 ਡਿਜਿਟ ਨੰਬਰ ਦਾ। ਅਤੇ ਸਾਨੂੰ ਪਤਾ ਵਾ ਕਿ 4 ਡਿਜਿਟ ਨੰਬਰ ਆ ਬਾਕੀ 5 ਆ, ਅਤੇ 4 ਡਿਜਿਟ ਵਾਲਾ ਨੰਬਰ ਸਾਰਿਆਂ ਤੋਂ ਕੀ ਹੋਏਗਾ, ਸਮਾਲਰ ਹੋਏਗਾ। ਇਹਨੂੰ ਆਪਾਂ ਜੇ ਫਿਲਹਾਲ ਭੁੱਲ ਜਾਈਏ ਕਿਉਂਕਿ ਸਭ ਤੋਂ ਸਮਾਲਰ ਨੰਬਰ ਆ, ਆਪਾਂ ਸਭ ਤੋਂ ਗ੍ਰੇਟਰ ਤੋਂ ਸਟਾਰਟ ਕਰਨਾ। ਗ੍ਰੇਟਰ ਵਿੱਚ ਕਿਹੜੇ ਹੁੰਦੇ ਸਾਡੇ ਕੋਲ, ਇਹ ਸਮਾਲਰ ਹੈ ਇਹਨੂੰ ਭੁੱਲ ਜਾਓ, ਸਭ ਤੋਂ ਸਮਾਲਰ ਆ ਕਿਉਂਕਿ 4 ਡਿਜਿਟ ਨੰਬਰ ਆ। 1, 2 ਅਤੇ 3, ਇਹ 3 ਨੰਬਰ ਜਿਹੜੇ ਆਪਾਂ ਇਹਨਾਂ ਵਿੱਚੋਂ ਦੇਖਣਾ ਗ੍ਰੇਟਰ ਕਿਹੜਾ, ਸਭ ਤੋਂ ਗ੍ਰੇਟਰ ਕਿਹੜਾ ਵਾ, ਪਹਿਲਾਂ ਵੇਖ ਲਈ ਨੰਬਰ ਕੰਪੇਅਰ ਕਰਕੇ। ਫਸਟ 6, 5, 9 ਦੇ ਵਿੱਚੋਂ ਕਿਹੜੀ ਗ੍ਰੇਟਰ ਆ, 9, ਅਤੇ 9 ਵਾਲਾ ਨੰਬਰ ਕਿਹੜਾ, 9 ਵਾਲਾ ਨੰਬਰ ਆਪਾਂ ਪਹਿਲਾਂ ਲਿਖ ਲੈਣਾ, ਫਿਰ 9 ਤੋਂ ਛੋਟਾ ਨੰਬਰ ਕਿਹੜਾ ਵਾ, 6। 5 ਵੀ ਛੋਟਾ ਪਰ ਆਪਾਂ ਬਿਲਕੁਲ ਜਿਹੜਾ ਉਹਦੇ ਬਿਲਕੁਲ ਕਰੀਬ ਹੋਵੇ, ਥੋੜ੍ਹਾ ਛੋਟਾ ਹੋਵੇ, 9 ਤੋਂ 6 ਥੋੜ੍ਹਾ ਛੋਟਾ ਵਾ ਪਰ 9 ਤੋਂ 5 ਬਹੁਤ ਜ਼ਿਆਦਾ ਛੋਟਾ ਹੁੰਦਾ, ਫਿਰ ਉਸ ਤੋਂ ਛੋਟਾ ਆਪਾਂ ਪਹਿਲਾਂ ਉਹਦੇ ਨੇੜੇ ਨੇੜੇ ਜਿਹੜਾ 9 ਦੇ ਲਾਗੇ ਕੀ ਆ, ਬੈਕਵਰਡ ਚੱਲੀਏ ਆਪਾਂ, 9 ਤੋਂ ਬੈਕਵਰਡ ਚਲੋ 9, 8, 7 ਅਤੇ 6 ਪਹਿਲਾਂ ਹੁੰਦਾ ਵਾ, 6 ਇੱਥੇ 6 ਵਾਲਾ ਨੰਬਰ ਲਿਖ ਲੈਣਾ, ਫਿਰ 6 ਤੋਂ ਬਾਅਦ ਉਹ ਤੋਂ ਛੋਟਾ ਕਿਹੜਾ ਵਾ, 6 ਤੋਂ ਬਾਅਦ 5 ਵਾਲਾ ਨੰਬਰ ਆ ਗਿਆ, ਫਿਰ ਲਾਸਟ 'ਤੇ ਜਿਹੜਾ ਸਭ ਤੋਂ ਛੋਟਾ ਸੀ ਉਹ ਲਾਸਟ 'ਤੇ ਆਉਣਾ। ਇਸ ਤਰ੍ਹਾਂ ਸਾਡਾ ਡਿਸੈਂਡਿੰਗ ਆਰਡਰ ਦੇ ਵਿੱਚ ਲਿਖੇ ਗਏ ਆ। ਇਸੇ ਕੁਐਸਚਨ ਦਾ ਅੱਗੇ ਸੀ ਐਂਡ ਡੀ ਪਾਰਟ, ਇਹ ਤੁਸੀਂ ਐਜ਼ ਏ ਹੋਮਵਰਕ ਕਰਨਾ, ਆਂਸਰ ਕੀਸ ਦਿੱਤੇ ਹੋਏ ਨੇ, ਕੋਸ਼ਿਸ਼ ਕਰਿਓ ਕਿ ਤੁਸੀਂ ਖੁਦ ਸੋਲਵ ਕਰਿਓ ਅਤੇ ਫਿਰ ਦੇਖੋ ਤੁਹਾਡੀ ਮਿਸਟੇਕ ਕਿੱਥੇ ਹੋਈ। ਰੂਲ ਉਹੀ ਯਾਦ ਰੱਖਣੇ ਆ, ਸਭ ਤੋਂ ਪਹਿਲਾਂ ਤਾਂ ਆਪਾਂ ਡਿਜਿਟਸ ਕਿੰਨੇ ਕਿ ਨੰਬਰ ਕਿੰਨੇ ਡਿਜਿਟਸ ਦੇ ਨੇ, ਕੋਈ ਨੰਬਰ 5 ਡਿਜਿਟਸ ਦਾ ਇਹਦੇ ਵਿੱਚ ਦੇਖੋ 5 ਆ, 5 ਡਿਜਿਟ ਨੰਬਰ ਆ, 5 ਆ ਡਿਜਿਟ 5। ਹਮੇਸ਼ਾ ਯਾਦ ਰੱਖੋ ਜਿੰਨੇ ਜ਼ਿਆਦਾ ਡਿਜਿਟਸ ਹੋਣਗੇ ਉਹ ਨੰਬਰ ਗ੍ਰੇਟਰ ਹੋਏਗਾ, ਜੇ ਡਿਜਿਟਸ ਘੱਟ ਨੇ ਤਾਂ ਫਿਰ ਉਹ ਨੰਬਰ ਵੀ ਸਮਾਲਰ ਹੋਏਗਾ। ਇਹਦੇ ਵਿੱਚ ਸਾਰੇ ਦਾ ਡਿਜਿਟ ਸੇਮ ਨੇ, ਆਪਾਂ ਦੇਖ ਲਾਂ ਕੰਪੇਅਰ ਕਰਕੇ, ਫਸਟ ਨੰਬਰ ਕੰਪੇਅਰ ਕਰਨਾ ਜੇ ਫਸਟ ਵੀ ਸੇਮ ਆ, ਫਿਰ ਸੈਕਿੰਡ ਨੰਬਰ ਕੰਪੇਅਰ ਕਰਨਾ ਜੇ ਸੈਕਿੰਡ ਵੀ ਸੇਮ ਆ, ਥਰਡ ਨੰਬਰ ਕੰਪੇਅਰ ਕਰਨਾ, ਫਿਰ
इस तरह इन रूल्स नू फॉलो करके अपना इन्हों डिसेंडिंग ऑर्डर में इन्हों लिखना। तो कोशिश करो तुम खुद ही सॉल्व करो तो आंसर किस दिती हो इन्हें हेल्प वास्ते। थैंक यू।